बिस्मिल्लाहिर्रहमानिर्रहीम। वेंदियां अखां ते सुणदे कन्नां नूं, लैंदे ते चढ़दे पंजाब नूं, जिन्ने भी दोस्त इस चैनल नूं वेख रहे उन्हां सारिआं नूं वसीम इफ्तिखार दा सलाम पहुँचे। उम्मीद करदा सारे भी ठीक होणगे। तुसीं वेख रहे जे यूट्यूब चैनल देसी डेरा नत्थू वाला। दोस्तों अज साडे नाल जुड़े रहो, अज तुहानूं असीं बहुत ही शानदार और बहुत वड्डा शाहकोट दा मेला अज विखावांगे। तो आओ फिर अज दा व्लॉग शुरू करदे आं। मेरे नाल चलणगे अज मेरा वीर निशान और मेरा मसेर आफताब। तो हुण असी निकलते हैं तो तुहानू चल के फिर अज मेला विखाउंदे आं। असी निकल पाए जी पिंडों अपने नत्थू वाले। तो इतों नत्थू वाले तो जड़ा कमालपुर स्टाप आ सानू 4 किलोमीटर आ, ननकाणा रोड शाहकोट रोड जड़ा आ वह सानू 4 किलोमीटर बनता आ। तो यह हुण जड़ा आ जी असी चौकी जड़ी कमालपुर स्टाप ते उहदे लागे पहुँच गए। इतों असी जड़ा वा सज्जे बन्ने नू टर्न लवेंगे शाहकोट नू। ये शाहकोट जड़ा आ जी ये ननकाणा साहब की तहसील आ, तो बड़ा वड्डा शहर माशाला बन गया आ। तो ननकाणा साहब और शाहकोट ये दरम्यान असी तकरीबन आ जाने। ननकाणा थोड़ा सानू ज़्यादा आ, शाहकोट जड़ा वो सानू नेड़े पैंदा आ। तो यह जड़ा रोड आ ये हुण बड़ा साफ सुथरा बेहतरीन बन गया आ, आउण जाण की कोई तंगी नहीं है। ਇਹ ਨਾਲ ਦਾ ਪਿੰਡ ਜਿੱਥੋਂ ਅਸੀਂ ਆ ਗੁਜ਼ਰ ਰਹੇ ਹਾਂ ਜੀ, ਇਹ ਬਰਾਲਾ ਪਿੰਡ ਜੰਗਲੀਆਂ ਦਾ ਪਿੰਡ ਵਾ ਅਤੇ ਹਮਸਾਇਆ ਸਾਡਾ ਪਿੰਡ ਹੈ। ਇਹਦੇ ਵਿੱਚ ਹਜੇ ਵੀ ਕੱਚੇ ਘਰ ਜਿਹੜੇ ਆ ਮਿੱਟੀ ਦੇ ਬਣੇ ਉਹ ਨਜ਼ਰ ਆਉਂਦੇ ਆ। ਅਤੇ ਕਿਸੇ ਦਿਨ ਵੇਲ ਕੱਢ ਕੇ ਅਸੀਂ ਇੱਥੇ ਵੀ ਆਵਾਂਗੇ ਔਰ ਉਹ ਵੀ ਆਪਣੇ ਭਰਾਵਾਂ ਨੂੰ ਜਿਹੜਾ ਵਾ ਉਹ ਵਿਖਾਵਾਂਗੇ। ਬਾਬਾ 9 ਲੱਖ ਹਜ਼ਾਰੀ ਜਿਹੜੇ ਸੀਗੇ ਇਹਨਾਂ ਦੇ ਨਾਂ ਤੋਂ ਇਹ ਸ਼ਾਹਕੋਟ ਦਾ ਨਾਮ ਜਿਹੜਾ ਆ ਇਹ ਰੱਖਿਆ ਗਿਆ। ਇਹ ਅੱਲਾ ਦੇ ਨੇਕ ਬੰਦੇ ਬਜ਼ੁਰਗ ਸੀਗੇ ਔਰ ਇਹਨਾਂ ਨੇ ਆਪਣੇ ਉਸ ਦੌਰ ਦੇ ਵਿੱਚ ਜਿਹੜੇ ਗੈਰ ਮਜ਼ਹਬ ਸੀਗੇ ਲੋਕ ਹਿੰਦੂ ਉਹਨਾਂ ਨੂੰ ਜਿਹੜਾ ਵਾ ਉਹ ਕਰਾਮਾਤ ਵਿਖਾ ਕੇ ਅਤੇ ਮੁਸਲਮਾਨ ਕੀਤਾ, ਜਿਹਦੇ ਵਿੱਚ ਇੱਕ ਕਰਾਮਾਤ ਇਹਨਾਂ ਦੀ ਇਹ ਵੀ ਸੀਗੀ ਜਿਹੜਾ ਪਹਾੜ ਦੇ ਉੱਤੇ ਇਹਨਾਂ ਨੇ ਸ਼ੇਰ ਔਰ ਬੱਕਰੀ ਔਰ ਉਹਦੇ ਬੱਚੇ ਜਿਹੜੇ ਆ ਉਹਨਾਂ ਨੂੰ ਇਕੱਠਾ ਇੱਕ ਜਗ੍ਹਾ 'ਤੇ ਪਾਣੀ ਪਿਲਾ ਕੇ ਵਿਖਾਇਆ। ਅਤੇ ਅੱਜ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਚਾਹੁਣ ਵਾਲਿਆਂ ਨੂੰ ਉਹੋ ਹੀ ਜਿਹੜਾ ਕਰਾਮਾਤ ਆ ਉਹ ਵਿਖਾਵਾਂਗੇ ਉੱਥੇ ਜਾ ਕੇ। ਅਤੇ ਸਾਡਾ ਸਫ਼ਰ ਥੋੜ੍ਹਾ ਹੀ ਰਹਿ ਗਿਆ ਆ ਬਸ। ਇਹ ਸ਼ਾਹਕੋਟ ਦੀ ਹਦੂਦ ਇੱਥੋਂ ਸ਼ੁਰੂ ਹੋ ਗਈ ਆ। ਇਹ ਕਲੋਨੀਆਂ ਵਗੈਰਾ ਜਿਹੜੀਆਂ ਵਾ ਇਹ ਸ਼ਾਹਕੋਟ ਦੀ ਹਦੂਦ 'ਚ ਬਣਨੀਆਂ ਸ਼ੁਰੂ ਹੋਈਆਂ। ਇਹ ਜੇ ਇਸ ਸੜਕ ਦੇ ਉੱਪਰ ਅਸੀਂ ਜਾ ਰਹੇ ਹਾਂ ਇਹ ਵੀ ਆ ਹੁਣ ਹੀ ਬਣੀ ਆ, ਪਹਿਲੇ ਇਹ ਬੜੀ ਖਰਾਬ ਹੋ ਗਈ ਸੀਗੀ, ਇਹ ਦੁਬਾਰਾ ਹੁਣ ਨਵੀਂ ਜਿਹੜੀ ਆ ਇਹ ਸੜਕ ਬਣਾਈ ਗਈ ਹੈ ਸ਼ਹਿਰ ਤੱਕ। ਜੇ ਇਸ ਮੇਲੇ ਦੀ ਵੰਡ ਕੱਢੀਏ ਤਾਂ ਲਾਹੌਰ ਦਾਤਾ ਸਾਹਿਬ ਜਿਹੜੇ ਆ ਉਹਨਾਂ ਦਾ ਜਿਹੜਾ ਮੇਲਾ ਲਾਹੌਰ ਔਰ ਫੈਸਲਾਬਾਦ ਦੇ ਦਰਮਿਆਨ ਉਹ ਸਭ ਤੋਂ ਬੜਾ ਜਿਹੜਾ ਮੇਲਾ ਵਾ ਉਹ ਦਾਤਾ ਸਾਹਿਬ ਦਾ ਹੁੰਦਾ। ਉਸ ਤੋਂ ਬਾਅਦ ਅਗਰ ਇੰਨੇ ਏਰੀਏ ਦੇ ਵਿੱਚ ਵੇਖੀਏ ਤਾਂ ਸ਼ਾਹਕੋਟ ਜਿਹੜਾ ਵਾ ਇਹਦਾ ਨੰਬਰ ਆਉਂਦਾ ਆ। ਇਹ ਬਹੁਤ ਬੜਾ ਮੇਲਾ ਇੱਥੇ ਲੱਗਦਾ, ਬਹੁਤ ਦੂਰ ਦੂਰ ਤੋਂ ਦੁਨੀਆ ਇੱਥੇ ਜਿਹੜਾ ਵਾ ਇਸ ਮੇਲੇ 'ਤੇ ਉਹ ਆਉਂਦੀ ਆ ਔਰ ਬਾਬਾ 9 ਲੱਖ ਹਜ਼ਾਰੀ ਜਿਹੜੇ ਆ ਉਹਨਾਂ ਦੇ ਦਰਬਾਰ 'ਤੇ ਸਲਾਮ ਕਰਨ ਵਾਸਤੇ ਆਉਂਦੇ ਆ ਲੋਕ। ਅਤੇ ਪਹਿਲੋਂ ਅਸੀਂ ਜਿਹੜਾ ਵਾ ਉਹ ਪਹਾੜੀ 'ਤੇ ਜਾਵਾਂਗੇ ਔਰ ਉੱਥੋਂ ਹੁੰਦਿਆਂ ਹੋਇਆਂ ਵਾਪਸੀ ਅਸੀਂ ਫਿਰ ਜਿਹੜਾ ਵਾ ਉਹ ਬਾਬਾ 9 ਲੱਖ ਹਜ਼ਾਰੀ ਉਹਨਾਂ ਦੇ ਦਰਬਾਰ 'ਤੇ ਹਾਜ਼ਰੀ ਦੇਵਾਂਗੇ। ਆ ਅਸੀਂ ਸ਼ਹਿਰ ਇੰਟਰ ਹੋ ਗਏ ਹਾਂ ਜੀ, ਮੇਨ ਬਾਜ਼ਾਰ ਜਿਹੜਾ ਵਾ ਸ਼ਾਹਕੋਟ ਦਾ ਆ ਉਹਦੇ ਥਾਣੀ ਅਸੀਂ ਗੁਜ਼ਰ ਰਹੇ ਹਾਂ।
ਅਤੇ ਇਸ ਸਾਹਮਣੇ ਜਿਹੜਾ ਆ ਜੀ ਇਹ ਤੁਹਾਨੂੰ ਨਜ਼ਰ ਆ ਰਿਹਾ ਘੰਟਾ ਘਰ ਬਾਜ਼ਾਰ ਜਿਹੜਾ ਆ ਸਾਡੇ ਸਾਹਮਣੇ ਨਜ਼ਰ ਆ ਰਿਹਾ। ਇੱਥੋਂ ਅਸੀਂ ਸਿੱਧੇ ਹੀ ਇਸ ਬਾਜ਼ਾਰ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਬਾਹਰ ਮੇਨ ਰੋਡ ਦੇ ਉੱਪਰ ਨਿਕਲਾਂਗੇ। ਉੱਥੋਂ ਅਸੀਂ ਫਿਰ ਜਿਹੜਾ ਵਾ ਫੈਸਲਾਬਾਦ ਰੋਡ ਚੜ੍ਹ ਜਾਵਾਂਗੇ ਅਤੇ ਅੱਗੋਂ ਜਾ ਕੇ ਅਸੀਂ ਟੂਲ ਪਲਾਜ਼ੇ ਤੋਂ ਥੋੜ੍ਹਾ ਪਿੱਛੇ ਉਹ ਖੱਬੀ ਸਾਈਡ ਨੂੰ ਜਿਹੜਾ ਹੈ ਨਾ ਉਹ ਟਰਨ ਲਵਾਂਗੇ। ਇੱਧਰੋਂ ਸਾਨੂੰ ਜਿਹੜਾ ਆ ਫਿਰ ਉਹ ਆਸਾਨੀ ਦੇ ਨਾਲ ਅਸੀਂ ਪਹਾੜੀ 'ਤੇ ਜਿਹੜਾ ਵਾ ਉਹ ਪਹੁੰਚ ਜਾਵਾਂਗੇ। ਇਸ ਦਫ਼ਾ ਜਿਹੜਾ ਮੇਲਾ ਆ ਇਹ ਮਾਹੇ ਰਮਜ਼ਾਨ ਦੇ ਵਿੱਚ ਆ ਗਿਆ। ਇਹ ਜੀ ਸ਼ਾਹਕੋਟ ਜਿਹੜਾ ਵਾ ਇਹ ਕਬਰਸਤਾਨ ਹੈ, ਇਹਦੀ ਖੱਬੀ ਸਾਈਡ ਆ ਜਿਹੜੀ ਨਜ਼ਰ ਆ ਰਹੀ ਤੁਹਾਨੂੰ ਕਿੱਕਰਾਂ ਵਗੈਰਾ। ਅਤੇ ਇੱਥੋਂ ਹੁਣ ਅਸੀਂ ਜਿਹੜਾ ਵਾ ਜੀ ਉਹ ਮੇਨ ਰੋਡ ਫੈਸਲਾਬਾਦ ਇੱਥੇ ਚੜ੍ਹ ਜਾਂਦੇ ਹਾਂ। ਬਾਰਿਸ਼ ਵੀ ਹੋ ਗਈ ਆ ਮਾਸ਼ਾਅੱਲਾ। ਅਤੇ ਇਹ ਜੀ ਲੱਕੀ ਰਾਣੀ ਸਰਕਸ ਔਰ ਮੌਤ ਦਾ ਖੂਹਾਂ ਜਿਹਨੂੰ ਕਹਿੰਦੇ ਆ, ਮੌਤ ਦਾ ਕੂਹਾਂ ਇਹ ਲੱਗੇ ਨੇ ਇੱਧਰ ਲਾਹੌਰ ਰੋਡ ਦੀ ਪਰਲੀ ਸਾਈਡ 'ਤੇ। ਅਸੀਂ ਆ ਇੱਥੋਂ ਹੁਣ ਜਿਹੜਾ ਵਾ ਜੀ ਇਹ ਆ ਸੇਮ ਕ੍ਰਾਸ ਕਰ ਲਈ ਆ, ਇੱਥੋਂ ਬਿਲਕੁਲ ਨੇੜੇ ਅਸੀਂ ਆਪਣਾ ਜਿਹੜਾ ਪਹਾੜੀ 'ਤੇ ਆ ਗਏ। ਇਸ ਜਗ੍ਹਾ 'ਤੇ ਜੀ ਮੋਟਰਸਾਈਕਲ ਵਗੈਰਾ ਖੜੀਆਂ ਕਰਨ ਨੂੰ ਇਹਨਾਂ ਪਾਰਕਿੰਗ ਬਣਾਈ ਆ, ਇੱਥੇ ਮੋਟਰਸਾਈਕਲ ਖੜੀ ਕਰਦੇ ਹਾਂ ਆਪਣੀ ਬਾਈ ਸ਼ਾਨ ਉਹ ਲਾ ਦੇਣ ਲੱਗਾ। ਅਤੇ ਇੱਥੋਂ ਲੈਂਦੇ ਹਾਂ ਪਰਚੀ। ਇਸ ਸਾਹਮਣੇ ਪਾਰਕ ਆ ਬਹੁਤ ਬੜਾ, ਸ਼ਾਹਕੋਟ ਦਾ ਸਭ ਤੋਂ ਵੱਡਾ ਪਾਰਕ ਇਹ, ਜਵਾਈਲੈਂਡ ਦੇ ਨਾਂ ਤੋਂ ਪਾਰਕ ਆ ਜੀ ਅਤੇ ਮਾਸ਼ਾਅੱਲਾ ਬੜਾ ਵੱਡਾ ਆ। ਇਹ ਸਾਹਮਣੇ ਪਹਾੜੀ ਨਜ਼ਰ ਆ ਰਹੀ ਆ, ਅਸੀਂ ਇੱਥੋਂ ਸ਼ਾਰਟਕੱਟ ਹੁੰਦੇ ਹਾਂ ਵਿੱਚੋਂ ਦੀ ਹੁਣ ਆਪਣਾ ਜਿਹੜਾ ਇਹਨਾਂ ਨੇ ਸਾਈਕਲ ਸਟੈਂਡ ਜਿਹਾ ਬਣਾਇਆ ਮੋਟਰਸਾਈਕਲ ਸਟੈਂਡ, ਉਹਦੇ ਵਿੱਚੋਂ ਦੀ ਅਸੀਂ ਹੁਣ ਨਿਕਲਦੇ ਹਾਂ। ਅੱਗੋਂ ਇਸ਼ਾਰੇ ਤਾਂ ਕਰੀ ਜਾਂਦਾ ਜਵਾਨ ਵੀ ਪਿਛਾਂ ਪਿਛਾਂ, ਵੇਖੋ ਹੁਣ ਸਾਨੂੰ ਲੰਘਣ ਦਿੰਦਾ ਹੈ ਅੱਗੇ ਕਿ ਨਹੀਂ। ਪੁੱਛਦੇ ਹਾਂ ਕੀ ਆਉਂਦਾ, ਜੇ ਗੇੜਾ ਨਾ ਪਵਾ ਦੇਵੇ ਫਿਰ ਉੱਥੋਂ ਦੀ, ਤਰਲਾ ਤਾਂ ਮਸ਼ਹੂਰ ਆ ਫਿਰ ਤਰਲਾ ਕਰ ਲੈਂਦੇ। ਉਹ ਬੇਲੀਆ ਜਾਣ ਦੇ ਸਾਨੂੰ ਯਾਰ, ਚੱਲ ਮਿਹਰਬਾਨੀ ਤੇਰੀ। ਲਓ ਜੀ ਇੱਥੋਂ ਹੁਣ ਮਨਾਜ਼ਰ ਜਿਹੜੇ ਆ ਜੀ ਉੱਪਰੋਂ ਜੁਆਇਲੈਂਡ ਸਾਰਾ ਹੀ ਦਿਸਦਾ ਆ। ਆਹ ਵੇਖੋ ਆਹ ਜਵਾਨ ਦੀ ਮਿਹਰਬਾਨੀ ਸਾਨੂੰ ਇੱਥੋਂ ਲੰਘਣ ਦਿੱਤਾ ਇਹਨੇ, ਵੈਸੇ ਰਸਤਾ ਆ ਆ ਜਿੱਧਰੋਂ ਆਹ ਵਾਮ ਆਉਂਦਾ ਹੀ ਆ। ਹੁਣ ਅਸੀਂ ਚੜ੍ਹਾਈ ਚੜ੍ਹਦੇ ਹਾਂ, ਰੋਜ਼ਾ ਵੀ ਆ ਅਤੇ ਹਿੰਮਤ ਕਰਕੇ ਚੜ੍ਹ ਜਾਂਦੇ ਹੌਲੀ ਹੌਲੀ। ਆ ਵੇਖੋ ਜੀ ਕਿੱਦਾਂ ਮਾਸ਼ਾਅੱਲਾ ਜਨਤਾ ਕੋਈ ਚੜ੍ਹ ਰਹੀ ਆ ਕੋਈ ਉਤਰ ਰਹੀ ਆ। ਸ਼ੇਰ ਔਰ ਬੱਕਰੀ ਜਿਹੜੀ ਆ ਉਹਨਾਂ ਨੇ ਜਿੱਥੇ ਇਕੱਠਾ ਪਾਣੀ ਪੀਤਾ ਉਹ ਵੇਖ ਕੇ, ਉਹ ਜਗ੍ਹਾ ਉਹ ਮੁਕਾਮ ਨੂੰ ਵੇਖ ਕੇ ਅਤੇ ਆਪਣਾ ਜਿਹੜਾ ਆ ਜੀ ਆ ਰਿਹਾ ਕੁਛ ਲੋਕ ਕੁਛ ਜਾ ਰਿਹਾ ਉੱਪਰ, ਅਸੀਂ ਵੀ ਹਿੰਮਤ ਕਰਕੇ ਚੜ੍ਹ ਰਹੇ ਹਾਂ। ਇਹ ਵੇਖੋ ਇੱਥੋਂ ਹੁਣ ਖੜ੍ਹੇ ਹੋ ਕੇ ਜੀ ਸਾਰਾ ਹੀ ਸ਼ਾਹਕੋਟ ਜਿਹੜਾ ਵਾ ਉਹ ਨਜ਼ਰ ਆਉਣ ਦਿਆ ਆ, ਬੜੀ ਇਹ ਹਾਈਟ ਵਾ। ਮੁੰਦਰੀਆਂ ਛੱਲੇ ਜਵਾਨ ਬੈਠਾ ਲੈ ਕੇ ਰਮਜ਼ਾਨ ਦੇ ਵਿੱਚ ਜੀ ਇਹਤਰਾਮ ਕਰਨਾ ਚਾਹੀਦਾ ਆ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਅਕਲ ਔਰ ਸ਼ਊਰ ਦੇਵੇ, ਸਮਝ ਅਤਾ ਕਰੇ ਸਾਨੂੰ ਦੀਨ ਦੀ। ਅਤੇ ਚਲੋ ਜੇ ਰੋਜ਼ੇ ਰੱਖਣੇ ਨਹੀਂ ਤਾਂ ਉਹਦਾ ਇਹਤਰਾਮ ਜਿਹੜਾ ਉਹ ਬਹੁਤ ਹੀ ਲਾਜ਼ਮੀ ਆ, ਬਹੁਤ ਜ਼ਰੂਰੀ ਆ। ਅਤੇ ਇਹ ਲੋਕ ਜਿਹੜੇ ਵਾ ਇਹ ਬਸ ਅੱਲਾ ਹੀ ਆ ਇਹਨਾਂ ਦਾ ਹਾਫਜ਼, ਅੱਲਾ ਇਹਨਾਂ ਨੂੰ ਹਦਾਇਤ ਦੇਵੇ, ਅਸੀਂ ਤਾਂ ਇਹੀ ਦੁਆ ਕਰਾਂਗੇ।
ਇਸ ਤਰ੍ਹਾਂ ਲੱਗਣ ਦਿਆ ਜਿਵੇਂ ਸਾਡਾ ਪੁਆਇੰਟ ਜਿਹੜਾ ਜਿੱਥੇ ਅਸੀਂ ਪਹੁੰਚਣਾ ਉਹ ਪਰੇ ਨੂੰ ਤੁਰਿਆ ਜਾਂਦਾ ਆ, ਅਤੇ ਇਹਦੇ ਨਾਲ ਨਾਲ ਤੁਹਾਨੂੰ ਆ ਇੱਧਰੋਂ ਵੀ ਸੀਨ ਵਿਖਾਉਂਦੇ ਜਾਈਏ। ਆ ਜੀ ਬਿਲਕੁਲ ਚੋਟੀ 'ਤੇ ਆ ਅਸੀਂ ਇਸ ਟਾਈਮ, ਇਹ ਤੁਸੀਂ ਵੇਖ ਸਕਦੇ ਜੇ ਇੱਧਰ ਨੂੰ, ਇਹ ਕੱਚਾ ਆ ਹਿੱਸਾ ਇਹਦਾ ਪਹਾੜੀ ਦਾ। ਪਹਿਲਾਂ ਇੱਥੇ ਸਾਰਾ ਪੱਥਰ ਹੀ ਹੁੰਦਾ ਸੀਗਾ ਕੁਛ ਸਾਲ ਪਹਿਲਾਂ, ਉਹ ਫਿਰ ਠੇਕੇਦਾਰ ਜਿਹੜੇ ਆ ਹੌਲੀ ਹੌਲੀ ਲਈ ਗਏ, ਖਾਈ ਗਏ ਇੱਥੋਂ ਲਾ ਲਾ ਕੇ। ਤੇ ਵੇਖੋ ਪੂਰਾ ਪੂਰਾ ਆਰ ਟੂ ਜ਼ੈਡ ਸ਼ਾਹਕੋਟ ਇੱਥੋਂ ਨਜ਼ਰ ਆਉਂਦਾ ਹੈ ਜੀ। ਆਹ ਤੁਸੀਂ ਵੇਖ ਸਕਦੇ ਜੇ ਮਨਾਜ਼ਰ, ਕਿਆ ਸੀਨ ਕਿਆ ਮਾਹੌਲ ਆ ਜੀ। ਅਤੇ ਇੱਧਰ ਵੀ ਬੜਾ ਮਾਹੌਲ ਬਣਾਇਆ ਹੈ ਜੀ, ਡੁੱਗ ਡੁੱਗੀਆ ਵੀ ਉੱਥੇ ਕੇ ਬੈਠਾ, ਜਨਤਾ ਉਹਦੇ ਦੁਆਲੇ ਹੋਈ ਆ। ਆਹ ਜਿਹੜਾ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਜੀ, ਇਹਦੀ ਗਹਿਰਾਈ ਇੰਨੀ ਦੱਸੀ ਜਾ ਰਹੀ ਆ ਹੁਣ ਕਿ ਇਹਦੇ ਵਿੱਚ ਅੱਲਾ ਨਾ ਕਰੇ, ਅੱਲਾ ਨਾ ਕਰੇ ਕੋਈ ਗਿਰ ਜਾਂਦਾ ਆ ਇਨਸਾਨ ਜਾਂ ਕੋਈ ਚੀਜ਼, ਤੋਂ ਲੱਭਦੀ ਲੁੱਭਦੀ ਕੋਈ ਨਹੀਂ, ਇਹਦੀ ਲਿਮਿਟ ਕੋਈ ਨਹੀਂ ਰਹਿ ਗਈ ਹੁਣ। ਇਹ ਜਿਹਨੂੰ ਪੰਜਾਬੀ 'ਚ ਕਹਿੰਦੇ ਹੈ ਨਾ ਕਿ ਇਹਦਾ ਪੜ ਪਾਟ ਗਿਆ ਆ, ਜ਼ਮੀਨ ਦਾ ਪਾਣੀ ਔਰ ਆ ਜਿਹੜਾ ਪਾਣੀ ਖੜ੍ਹਾ ਸੀਗਾ ਪਹਿਲਾਂ, ਇਹ ਸਾਰਾ ਹੁਣ ਇੱਕ ਹੀ ਹੋ ਗਿਆ ਆ, ਅਤੇ ਇਹਦੀ ਹੁਣ ਕੋਈ ਹੱਦ ਨਹੀਂ ਰਹਿ ਗਈ। ਇਸ ਕਰਕੇ ਬੱਚੇ ਜਿਹੜੇ ਆ ਉਹਨਾਂ ਨੂੰ ਬਹੁਤ ਇਹਤਿਆਤ ਕਰਨਾ ਚਾਹੀਦਾ, ਮਾਂ ਪਿਓ ਨੂੰ ਜਿਹੜੇ ਲੈ ਕੇ ਜਾਂਦੇ ਬੱਚਿਆਂ ਨੂੰ ਨਾਲ, ਕਿ ਇਸ ਸਾਈਡ 'ਤੇ ਬਿਲਕੁਲ ਨਾ ਹੋਣ। ਅਤੇ ਜਿਹੜੇ ਸਿਆਣੇ ਆ ਵੱਡੇ ਆ ਉਹਨਾਂ ਨੂੰ ਵੀ ਚਾਹੀਦਾ ਆ ਕਿ ਬੜੇ ਇਹਤਿਆਤ ਦੇ ਨਾਲ, ਇੱਥੇ ਕੋਈ ਮਜ਼ਾਕ ਜਾਂ ਕੋਈ ਇੱਦਾਂ ਦਾ ਨਹੀਂ ਕੰਮ ਕਰਨਾ ਚਾਹੀਦਾ। ਆ ਝੂਲੇ ਆ ਜੀ, ਪੀਂਘਾਂ ਲੱਗੀਆਂ ਆ। ਆ ਦੂਜਾ ਜਿੱਥੇ ਟੱਪਦੇ ਨੱਚਦੇ ਆ ਨਿਆਣੇ, ਲਓ ਜੀ ਉਹ ਸਾਹਮਣੇ ਨਜ਼ਰ ਆ ਰਹੀ ਆ ਜੀ, ਆ ਜਵਾਨ ਵੀ ਆ ਗਿਆ ਜੀ। ਆ ਲਓ ਇਹ ਤੇਰੇ ਸਦਕੇ ਡੁਮਕਾ ਵਿਖਾ ਗਿਆ ਜੀ ਆਪਣਾ। ਆਹ ਕਿੱਕਰ ਦੇ ਉਹਲੇ ਆ ਜੀ ਜਿੱਥੇ ਅਸੀਂ ਪਹੁੰਚਣਾ, ਉਸ ਪੁਆਇੰਟ 'ਤੇ ਆ ਜੀ ਉਹ ਜਗ੍ਹਾ, ਬੱਕਰੀ ਔਰ ਸ਼ੇਰ ਵਾਲੀ। ਅਤੇ ਬਸ ਹੁਣ ਸਫ਼ਰ ਸਾਡਾ ਥੋੜ੍ਹਾ ਹੀ ਰਹਿ ਗਿਆ, ਅਤੇ ਬਹੁਤ ਜਲਦੀ ਤੁਹਾਨੂੰ ਉੱਥੇ ਚੱਲ ਕੇ ਤਾਂ ਵਿਖਾਉਂਦੇ ਹਾਂ ਮੌਕਾ ਮਹਿਲ। ਆ ਪਾਣੀ ਜਿਹੜਾ ਨਾ ਜੀ ਬੜੀ ਜਗ੍ਹਾ ਦੇ ਵਿੱਚ ਆਏ, ਚੌੜਾਈ ਵੀ ਆ ਜੀ ਕਾਫ਼ੀ ਜਗ੍ਹਾ ਦੀ ਜਿੱਥੇ ਪਾਣੀ ਆ। ਇਹ ਮੇਲਾ ਜੀ ਹਰ ਸਾਲ ਜਿਹੜਾ ਹੈ ਨਾ 23 ਮਾਰਚ ਨੂੰ ਇਹ ਮੇਲਾ ਲੱਗਦਾ ਆ ਜੀ ਹਰ ਸਾਲ। 12ਵੀਂ ਸਦੀ ਵਿੱਚ ਇਹ ਜਿਹੜੇ ਬਜ਼ੁਰਗ ਸੀਗੇ ਨਾ ਇਹ ਗੁਜ਼ਰੇ, ਇਹਨਾਂ ਦਾ ਪਹਿਲਾ ਨਾਂ ਜਿਹੜਾ ਸੀਗਾ ਉਹ ਸਈਦ ਮੁਰਾਦ ਅਲੀ ਸ਼ਾਹ ਦੇ ਨਾਂ ਤੋਂ ਇਹ ਸੀਗਾ। ਉਸ ਤੋਂ ਬਾਅਦ ਫਿਰ ਇਹ ਜਿਹੜਾ ਵਾ ਬਾਬਾ 9 ਲੱਖ ਹਜ਼ਾਰੀ ਦੇ ਨਾਂ ਤੋਂ ਮਸ਼ਹੂਰ ਹੋਏ। ਅਤੇ ਸ਼ਾਹਕੋਟ ਦੀ ਆਬਾਦੀ ਇਸ ਟਾਈਮ ਜਿਹੜੀ ਹੈ ਜੀ ਉਹ ਤਕਰੀਬਨ 3 ਕੁ ਲੱਖ ਦੇ ਨੇੜ ਗੇੜ ਪਹੁੰਚ ਗਈ ਆ। 700 ਸਾਲ ਪੁਰਾਣੀ ਤਾਰੀਖ ਜਿਹੜੀ ਆ ਜੀ ਬਾਬਾ 9 ਲੱਖ ਹਜ਼ਾਰੀ ਦਾ ਦਰਬਾਰ ਅਤੇ ਸ਼ਾਹਕੋਟ ਦਾ ਆ ਜਿਹੜਾ ਕਿਲ੍ਹਾ, ਇਹਦੀ ਵਜ੍ਹਾ ਤੋਂ ਇਹ ਜਿਹੜਾ ਵਾ ਇਹ ਮਸ਼ਹੂਰ ਆ। ਬਾਬਾ 9 ਲੱਖ ਹਜ਼ਾਰੀ ਜਿਹੜੇ ਸੀਗੇ ਇਹ ਡੇਰਾ ਗਾਜ਼ੀ ਖਾਂ ਤੋਂ ਇੱਥੇ ਤਸ਼ਰੀਫ ਲਿਆਏ। ਇੱਥੇ ਆ ਕੇ ਇਹਨਾਂ ਨੇ ਆਪਣੀ ਇਬਾਦਤ ਔਰ ਆਪਣੇ ਜਿਹੜੇ ਨੇਕ ਅਮਲ ਸੀਗੇ ਉਹਨਾਂ ਤੋਂ ਜਿਹੜਾ ਵਾ ਲੋਕਾਂ ਨੂੰ ਮੁਤਾਸਰ ਕੀਤਾ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਮੁਸਲਮਾਨ ਹੋਏ। ਲਓ ਜੀ ਅੱਲਾ ਕਰੇ ਅਸੀਂ ਪਹੁੰਚ ਗਏ ਹਾਂ, ਅਤੇ ਹੁਣ ਇੱਥੇ ਵੇਖਦੇ ਹਾਂ ਇਹ ਸਕਿਉਰਟੀ ਵਗੈਰਾ ਵੀ ਹੁੰਦੀ ਆ ਸ਼ੇਦਵਾਨ ਰਾਹੀਂ ਬਿਸਮਿਲ੍ਲਾ ਰਹਿਮਾਨ ਰਾਹੀਂ ਸ਼ੇਰਪੰਜੀ ਵਾਲੀ ਜਗ੍ਹਾ। ਇਸ ਜਗ੍ਹਾ 'ਤੇ ਬਾਬਾ 9 ਲੱਖ ਹਜ਼ਾਰੀ ਨੇ ਸ਼ੇਰ ਬੱਕਰੀ ਨੂੰ ਇਕੱਠਿਆਂ ਪਾਣੀ ਪਿਲਾ ਕੇ ਇੱਥੇ ਜਿਹੜੇ ਹਿੰਦੂ ਲੋਕ ਸੀ ਉਹਨਾਂ ਨੂੰ ਮੁਸਲਮਾਨ ਕੀਤਾ, ਕਰਾਮਤ ਵਿਖਾ ਕੇ। ਇਹ ਦੇਖੋ ਅੱਲਾ ਵਾਲੇ ਉਹ ਸ਼ੇਰ ਦੇ ਪੰਜੇ ਲੱਗੀਆਂ ਨੇ, ਇਹ ਬੱਕਰੀ ਦੀਆਂ ਗੋਡੀਆਂ ਲੱਗੀਆਂ ਨੇ, ਇਹ ਦੇਖੋ
ਇਹ ਬੱਕਰੀ ਦੇ ਬੱਚਿਆਂ ਨੇ ਗੋਡੀਆਂ ਲੱਗੀਆਂ ਨੇ ਬਿਮਾਂ ਬੱਚਿਆਂ ਬੱਕਰੀ ਆਈ ਅੱਛਾ ਇਹ ਪਿਆਲਾ ਜਿਸ ਦੇ ਅੰਦਰ ਸ਼ੇਰ ਬੱਕਰੀ ਨੇ ਇਕੱਠਿਆਂ ਪਾਣੀ ਪੀਤਾ ਬਾਬਾ 9 ਲੱਖ ਖਿਡਾਰੀ ਦੀ ਅੱਡੀ ਮਾਰਕਤਾ ਨਿਸ਼ਾਨ ਪੱਥਰ ਤੇ ਅੱਡੀ ਮਾਰੀ ਅੱਲਾ ਦੇ ਹੁਕਮ ਨਾਲ ਪੱਥਰ ਮੋਮ ਹੋ ਗਿਆ ਰੱਬ ਵੱਲੋਂ ਪਾਣੀ ਜ਼ਾਹਰ ਹੋ ਗਿਆ ਸ਼ੇਰ ਬੱਕਰੀ ਨੂੰ ਇਕੱਠਿਆਂ ਪਾਣੀ ਪਿਲਾ ਕੇ ਇੱਥੇ ਜਿਹੜਾ ਕੁਫਰ ਸੀ ਸਰਕਾਰ ਨੇ ਖਤਮ ਕੀਤਾ ਬਾਬਾ 9 ਲੱਖ ਖਿਡਾਰੀ ਦੀ ਇਬਾਦਤ ਗਾਹ ਵਾਲੀ ਜਗ੍ਹਾ ਇੱਥੇ ਉਹਨਾਂ ਆਪਣੀ ਜ਼ਿੰਦਗੀ ਦਾ ਆਖਰੀ ਦਿਨ ਗੁਜ਼ਾਰੇ ਔਰ ਸਲਾਮ ਦੀ ਤਬਲੀਗ ਕੀਤੀ ਪਾਤਸ਼ਾਹ ਜਗ੍ਹਾ ਦੁਆ ਕਰੋ ਅੱਲਾ ਦੀ ਜ਼ਾਤ ਦੁਆ ਕਬੂਲ ਫਰਮਾਏ ਤੁਹਾਡਾ ਆਣਾ ਕਬੂਲ ਕਰੇ ਦੁਆਏ ਖੈਰ ਆਪਣੇ ਵਾਸਤੇ ਆਪਣੇ ਅਜ਼ੀਜ਼ਾਂ ਲਓ ਜੀ ਹੁਣ ਅਸੀਂ ਇੱਥੋਂ ਦਰਬਾਰ ਵੱਲ ਨੂੰ ਜਾ ਰਹੇ ਹਾਂ ਬਾਬਾ 9 ਲੱਖ ਹਜ਼ਾਰੀ ਜਿਹੜੇ ਆ ਉਹਨਾਂ ਦਾ ਦਰਬਾਰ ਜਿਹੜਾ ਉੱਧਰ ਨੂੰ ਜਾ ਰਹੇ ਹਾਂ ਅਤੇ ਸਿਕਿਉਰਟੀ ਤਾਂ ਉੱਥੇ ਵੀ ਹੈ ਸੀਗੀ ਮਨਾ ਵੀ ਕਰਦੇ ਸੀਗੇ ਵੀ ਇੱਥੇ ਵੀਡੀਓ ਨਹੀਂ ਬਣਾਉਣ ਦੇਣੀ ਲੇਕਿਨ ਉਹਨਾਂ ਦਾ ਤਰਲਾ ਤੁਰਲਾ ਕੀਤਾ ਅਤੇ ਆ ਵੀ ਉਹਨਾਂ ਨੇ ਬਣਾ ਲੈਣ ਦਿੱਤੀ ਆਹ ਮੇਰਾ ਫੁੱਫੀ ਪੁੱਤ ਮੇਲਾ ਇੰਜੋਏ ਕਰਨ ਦਿਆ ਤਾਂ ਹੁਣ ਅੱਖਾਂ 'ਤੇ ਹੱਥ ਰੱਖਦਾ ਅਤੇ ਉਹ ਜੀ ਉਹ ਫਿਰ ਤਰਲਾ ਕੀਤਾ ਤਾਂ ਉਹਨਾਂ ਨੇ ਨਾ ਸਾਡੀ ਮੰਨ ਲਈ ਰਿਕੁਐਸਟ ਅਤੇ ਸਾਨੂੰ ਵੀਡੀਓ ਬਣਾ ਲੈਣ ਦਿੱਤੀ ਉੱਥੇ ਅਤੇ ਇੱਦਾਂ ਹੀ ਹੁਣ ਅਸੀਂ ਇੱਧਰ ਨੂੰ ਜਾ ਰਹੇ ਹਾਂ ਦਰਬਾਰ 'ਤੇ ਅਤੇ ਇਹਨਾਂ ਦਾ ਵੀ ਤਰਲਾ ਕਰਾਂਗੇ ਇੱਥੇ ਜੇ ਗੱਲ ਬਣ ਗਈ ਤਾਂ ਠੀਕ ਆ ਅੰਦਰ ਜਾਣ ਦਿੱਤਾ ਇਹਨਾਂ ਨੇ ਨਹੀਂ ਤਾਂ ਬਾਕੀ ਆ ਤੁਹਾਨੂੰ ਮੇਲਾ ਤਾਂ ਫਿਰ ਵਿਖਾਉਣਾ ਹੀ ਆ ਵੇਖੋ ਜ਼ਰਾ ਆਵਾਮ ਕਿੰਨੀ ਕਿਹਾ ਜੀ ਰੋਜ਼ੇ ਆ ਅਤੇ ਉਹਦੇ ਬਾਵਜੂਦ ਵੀ ਬਹੁਤ ਦੁਨੀਆ ਬਹੁਤ ਦੂਰ ਦੂਰ ਤੋਂ ਦੁਨੀਆ ਇੱਥੇ ਆਈ ਆ ਅਤੇ ਜਲੇਬੀਆਂ ਨਿਕਲ ਰਹੀਆਂ ਜਨਾਬ ਅਤੇ ਪੂਰਾ ਜਿਹੜਾ ਹੈ ਨਾ ਜੀ ਪ੍ਰੋਗਰਾਮ ਸ਼ੁਕਲ ਮੇਲਾ ਖਾਣ ਪੀਣ ਵਾਲਾ ਫੁੱਲ ਨਾਲ ਨਾਲ ਚੱਲ ਰਿਹਾ ਆ ਇੱਥੋਂ ਸਾਨੂੰ ਬਾਈਕ ਵੀ ਨਹੀਂ ਅੱਗੇ ਜਾਣ ਦਿੱਤੀ ਅਤੇ ਹੁਣ ਪੈਦਲ ਹੀ ਚੱਲਦੇ ਹਾਂ ਗੱਡੀਆਂ ਨਿਆਣਿਆਂ ਦੇ ਖਿਲੌਣੇ ਤੁਹਾਨੂੰ ਵਿਖਾਉਂਦੇ ਚੱਲਦੇ ਹਾਂ ਨਹੀਂ ਜੀ ਗੱਲ ਨਹੀਂ ਬਣੀ ਉਹ ਨਹੀਂ ਮੰਨੇ ਸਿਕਿਉਰਟੀ ਬਹੁਤ ਸਖਤ ਆਉਂਦੇ ਜੀ ਮੇਲੇ ਤੋਂ ਬਾਅਦ 'ਚ ਆ ਜਿਓ ਅਤੇ ਮਾਦਰਤ ਅਸੀਂ ਤੁਹਾਡੇ ਸਾਰਿਆਂ ਕੋਲੋਂ ਕਰਦੇ ਹਾਂ ਇਨਸ਼ਾਅੱਲਾ ਜ਼ਿੰਦਗੀ ਰਹੀ ਅਤੇ ਤੁਹਾਨੂੰ ਦੁਬਾਰਾ ਫਿਰ ਇੱਥੇ ਲਿਆ ਕੇ ਅਤੇ ਹਾਜ਼ਰੀ ਕਰਵਾਵਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਉਮੀਦ ਆ ਅੱਜ ਦਾ ਵੀਡੀਓ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਜ਼ਮੀ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ ਕਮੈਂਟ 'ਚ ਦੱਸਿਓ ਅਤੇ ਅੱਲਾ ਤਾਲਾ ਤੁਹਾਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ ਅੱਲਾ ਪਾਕ ਤੁਹਾਡੇ ਰਿਜ਼ਕ 'ਚ ਬਰਕਤਾਂ ਤਾ ਫਰਮਾਏ ਆਪਣੇ ਵੀਰ ਵਸੀਮ ਇਫਤਖਾਰ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਅੱਲਾ ਪਾਕ ਖੈਰ ਰੱਖੀ ਅਤੇ ਅਗਲੇ ਵਲੌਗ ਦੇ ਵਿੱਚ ਫਿਰ ਮਿਲਾਂਗੇ ਬਾਕੀ ਆਹ ਜਿਹੜਾ ਵਾ ਇਹ ਆਪਣਾ ਵੀਡੀਓ ਬਹੁਤ ਲੰਬਾ ਹੁੰਦਾ ਜਾ ਰਿਹਾ ਸੀਗਾ ਇਸ ਕਰਕੇ ਇਹਦਾ ਇਹ ਪਾਰਟ 1 ਮੈਂ ਬਣਾ ਦਿੱਤਾ ਆ ਦੂਸਰਾ ਪਾਰਟ 2 ਜਿਹੜਾ ਉਹਦੇ ਵਿੱਚ ਤੁਹਾਨੂੰ ਮੇਲਾ ਹੋਰ ਵਿਖਾਵਾਂਗੇ ਖੁਦਾ